ਸਿਮਰਨ ਕਿਵੇਂ ਕਰਨਾ, ਕਿਵੇਂ ਬੈਠਣਾ, ਕਿਵੇਂ ਬੋਲਣਾ, ਕਿਵੇਂ ਸੁਣਨਾ, ਇੰਨੀ ਸਮਝ ਸਾਨੂੰ ਆ ਜਾਂਦੀ ਆ। ਹੁਣ ਸਿਮਰਨ ਕਰਨ ਤੋਂ ਬਾਅਦ ਜੋ ਸੁਰਤੀ ਹੈ, ਜੋ ਧਿਆਨ ਹੈ, ਉਸ ਨੂੰ ਕਿੱਥੇ ਰੱਖਣਾ ਹੈ, ਇਹ ਸਿੱਖਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਹ ਪ੍ਰੈਕਟੀਕਲ ਅਸੀਂ ਰੋਜ਼ ਕਰਨਾ ਹੁੰਦਾ ਹੈ। ਸਿਮਰਨ ਕਰਕੇ ਸਾਡੇ ਵਿਚਾਰ ਵਸ ਵਿੱਚ ਆ ਜਾਂਦੇ ਆ, ਵਿਚਾਰ ਸਾਡੇ ਘੱਟ ਜਾਂਦੇ ਆ। ਹੁਣ ਵਿਚਾਰ ਸਾਡੇ ਘੱਟ ਗਏ, ਹੁਣ ਅਸੀਂ ਸਿਮਰਨ ਤੋਂ ਅੱਗੇ ਜਾਣਾ ਹੈ, ਧਿਆਨ ਦੀ ਅਵਸਥਾ ਵਿੱਚ ਜਾਣਾ ਹੈ। ਸਿਮਰਨ ਕਰਨ ਤੋਂ ਬਾਅਦ ਸਾਡੇ ਮਨ ਨੇ ਕਿਵੇਂ ਚੁੱਪ ਕਰਕੇ ਸਾਇਲੈਂਟ ਹੋ ਕੇ ਬੈਠਣਾ ਹੈ, ਸੁੰਨ ਦੇ ਵਿੱਚ ਬੈਠਣਾ ਹੈ, ਅਤੇ ਇੱਥੇ ਬਹੁਤ ਹੀ ਇੱਕ ਖਾਸ ਘਟਨਾ ਵਾਪਰਦੀ ਹੈ ਕਿ ਅਸੀਂ ਸੁੰਨ ਦੇ ਵਿੱਚ ਚੁੱਪ ਕਰਕੇ ਸਾਇਲੈਂਟ ਹੋ ਕੇ ਬੈਠ ਕੇ ਆਪਣੇ ਮਾਲਕ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਵਾਜ਼ ਸੁਣਨੀ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਨਾਮ ਆਖਿਆ ਹੈ, ਜਿਹਦੀ ਪ੍ਰਾਪਤੀ ਵਾਸਤੇ, ਖੋਜ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਤਰਸ ਕੀਤਾ ਹੈ ਸਾਡੇ 'ਤੇ। ਇਸ ਨਾਮ ਦੀ ਖੋਜ ਕਰਨ ਵਾਸਤੇ ਸਾਨੂੰ ਇੱਥੇ ਭੇਜਿਆ ਗਿਆ, ਅਤੇ ਵਾਹਿਗੁਰੂ ਇਹ ਕਹਿ ਰਹੇ ਨੇ ਕਿ ਇਸੇ ਨਾਮ ਦੇ ਵਿੱਚ ਸਮਾ ਕੇ ਆਪਣੇ ਘਰ ਵਾਪਸ ਆ ਜਾਓ। ਹੁਣ ਬਹੁਤੇ ਗੁਰਮੁਖ ਤਾਂ ਬਹੁਤ ਜਲਦੀ ਪਛਾਣ ਕਰ ਲੈਂਦੇ ਨੇ, ਜਿਨ੍ਹਾਂ ਨੂੰ ਅੰਦਰ ਉਹ ਨਾਮ ਪ੍ਰਗਟ ਹੋ ਜਾਂਦਾ ਹੈ, ਅਤੇ ਇਹ ਜੋ ਪਹਿਚਾਣ ਵੀ ਹੁੰਦੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ। ਉਹਨਾਂ ਦੀ ਕਿਰਪਾ ਤੋਂ ਬਿਨਾਂ ਪਹਿਲੀ ਗੱਲ ਤਾਂ ਮਨੁੱਖਾ ਜਨਮ ਹੀ ਨਹੀਂ ਮਿਲਣਾ। ਕਿਰਪਾ ਕਰਨਗੇ, ਮਨੁੱਖਾ ਜਨਮ ਦੇਊਗੇ, ਫਿਰ ਨਾਮ ਜਪਾਂਗੇ ਉਹ ਵੀ ਕਿਰਪਾ ਦੇ ਨਾਲ, ਸੰਗਤ ਮਿਲੂਗੀ ਉਹ ਵੀ ਕਿਰਪਾ ਦੇ ਨਾਲ, ਗੁਰਬਾਣੀ ਸਮਝਾਂਗੇ ਪੜ੍ਹਾਂਗੇ ਉਹ ਵੀ ਕਿਰਪਾ ਦੇ ਨਾਲ, ਅੰਦਰੋਂ ਸ਼ਬਦ ਪ੍ਰਗਟ ਹੋਣਗੇ। ਇਹ ਬਹੁਤ ਵੱਡੀ ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ। ਹੁਣ ਜਿਹੜੇ ਮਨ ਬੱਚਿਆਂ ਨੂੰ ਉਸ ਨਾਮ ਦੀ ਪਛਾਣ ਹੋ ਗਈ, ਭਰੋਸਾ ਬਣ ਗਿਆ ਉਹਨਾਂ ਦਾ ਕਿ ਇਹ ਜੋ ਆਵਾਜ਼ ਹੈ, ਇਹ ਮੇਰੇ ਅਕਾਲ ਪੁਰਖ ਵਾਹਿਗੁਰੂ, ਮੇਰੇ ਪਿਤਾ, ਮੇਰੇ ਮਾਤਾ, ਮੇਰੇ ਭੈਣ ਭਰਾ, ਪਾਰ ਬ੍ਰਹਮ, ਉਸ ਗੋਡ ਦੀ ਆਵਾਜ਼ ਹੈ, ਉਹੀ ਬੱਚੇ ਹੁਣ ਪਿਆਰ ਦੇ ਨਾਲ ਬੈਠ ਕੇ ਇਸ ਆਵਾਜ਼ ਨੂੰ ਸੁਣਨਗੇ, ਕਿਉਂਕਿ ਅੰਤ ਸਮੇਂ ਇਸੇ ਆਵਾਜ਼ ਨੇ, ਇਸੇ ਨਾਮ ਨੇ ਸਾਨੂੰ ਜੋ ਸਾਡਾ ਭਵ ਸਾਗਰ ਹੁੰਦਾ ਹੈ ਨਾ, ਉਹ ਪਾਰ ਕਰਾਉਣਾ ਹੈ। ਇਸੇ ਨਾਮ ਦੇ ਹੀ ਰਾਹੀਂ ਸਾਡਾ ਜੋ ਜੂਨਾਂ ਤੋਂ ਛੁਟਕਾਰਾ ਹੁੰਦਾ ਹੈ, ਅਸੀਂ ਜਮਾਂ ਦੇ ਰਸਤੇ ਨਹੀਂ ਜਾਂਦੇ। ਇਹ ਇੰਨਾ ਵੱਡਾ ਨਾਮ ਹੈ, ਇਸ ਨਾਮ ਦੀ ਕਿਸੇ ਵੀ ਦੁਨਿਆਵੀ ਚੀਜ਼ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਹੁਣ ਜੋ ਮਨਮੁੱਖ ਬੱਚੇ ਹੁੰਦੇ ਨੇ, ਉਹਨਾਂ ਨੂੰ ਜੰਮ ਬਹੁਤ ਹੀ ਕੁੱਟਦੇ ਮਾਰਦੇ ਲੈ ਕੇ ਜਾਂਦੇ ਨੇ, ਬਹੁਤ ਜ਼ੁਲਮ ਹੁੰਦਾ ਹੈ ਮਨਮੁੱਖ ਬੱਚਿਆਂ ਦੇ ਉੱਤੇ। ਹੁਣ ਆਪਾਂ ਇਸ ਦੁਨੀਆ ਦੇ ਉੱਤੇ, ਇੱਥੇ ਸਾਡਾ ਜੋ ਮਨ ਹੈ, ਅਸੀਂ ਹੋਰਾਂ ਨੂੰ ਦੁਖੀ ਕਰਦੇ ਹਾਂ, ਤਕਲੀਫਾਂ ਦਿੰਦੇ ਹਾਂ, ਹੱਕ ਮਾਰਦੇ ਹਾਂ, ਫਿਰ ਅੰਤ ਸਮੇਂ ਸਾਡੇ ਨਾਲ ਵੀ ਅਜਿਹਾ ਹੀ ਹੋਣਾ। ਜਦੋਂ ਸਾਨੂੰ ਜੰਮ ਲੈਣ ਆਉਂਦੇ, ਫਿਰ ਉਹ ਵੀ ਸਾਨੂੰ ਕੁੱਟਦੇ ਮਾਰਦੇ ਹੀ ਲੈ ਕੇ ਜਾਂਦੇ ਨੇ। ਅਤੇ ਜੋ ਨਾਮ ਅਭਿਆਸੀ ਹੁੰਦੇ ਨੇ, ਇਹਨਾਂ ਦਾ ਮਾਰਗ ਉਹ ਨਹੀਂ ਹੈ। ਇਹਨਾਂ ਦਾ ਮਾਰਗ ਹੁੰਦਾ ਹੈ ਨਾਮ ਦੇ ਵਿੱਚ ਸਮਾਉਣਾ। ਹੁਣ ਆਪਾਂ ਆਪ ਵੀ ਨਾਮ ਜਪਣਾ ਹੈ, ਅਤੇ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਜਾਂ ਜਿਹੜਾ ਸਾਨੂੰ ਨਹੀਂ ਵੀ ਜਾਣਦਾ ਜੀਵ, ਉਹਨੂੰ ਵੀ ਵਾਹਿਗੁਰੂ ਨਾਮ ਦਾ ਭੇਦ ਦੇਣਾ ਹੈ, ਗੁਰਮੰਤਰ ਦਾ ਭੇਦ ਦੇਣਾ ਹੈ ਕਿ ਭਾਈ ਤੂੰ ਵੀ ਜਪ, ਇੱਥੋਂ ਸੁੱਖ ਮਿਲਦਾ ਹੈ, ਇੱਥੋਂ ਛੁਟਕਾਰਾ ਹੁੰਦਾ ਹੈ, ਸਦੀਵੀ ਸੱਚ ਦੇ ਵਿੱਚ ਸਮਾਇਆ ਜਾਂਦਾ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਸੰਪਰਕ ਦੇ ਵਿੱਚ ਗੁਰਮੁਖ ਭੇਜਦੇ ਨੇ, ਜੀਵ ਭੇਜਦੇ ਨੇ, ਉਹਨਾਂ ਨੂੰ ਆਪਾਂ ਦੱਸਣਾ ਹੁੰਦਾ ਹੈ ਕਿ ਇਸ ਤਰੀਕੇ ਨਾਮ ਜਪੋ। ਹੁਣ ਗੁਰਬਾਣੀ ਦੱਸਦੀ ਹੈ ਕਿ ਨਾਮ ਕੋਈ ਜੀਵ ਇੱਕ ਦੂਜੇ ਨੂੰ ਨਹੀਂ ਦੇ ਸਕਦਾ, ਉਹ ਤਾਂ ਸਿਰਫ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਿਵੇਂ ਕਰਨਾ ਹੈ, ਜਪ ਕਿਵੇਂ ਕਰਨਾ ਹੈ, ਇਹ ਦੱਸਿਆ ਜਾ ਸਕਦਾ ਹੈ, ਪਰ ਜੋ ਨਾਮ ਮਿਲਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਦਿੱਤਾ ਜਾਂਦਾ। ਹੁਣ ਜੋ ਆਪਾਂ ਨੂੰ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਲਾਏ ਆ, ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਇਸ ਤਰੀਕੇ ਤੁਹਾਡੇ ਅੰਦਰ ਵੀ ਨਾਮ ਚੱਲਦਾ ਹੈ, ਉਹਨੂੰ ਸੁਣੋ, ਇਸ ਤਰੀਕੇ ਜਪ ਕਰਨਾ ਹੈ। ਗੁਰਬਾਣੀ ਦੱਸਦੀ ਹੈ ਕਿ ਦਸਮ ਦੁਆਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਵੱਡਾ ਖਜ਼ਾਨਾ ਰੱਖਿਆ ਹੋਇਆ ਹੈ। ਹੁਣ ਜਿਹੜੇ ਨਾਮ ਅਭਿਆਸੀ ਦਸਮ ਦੁਆਰ ਦਾ ਭੇਦ ਲੈ ਲੈਂਦੇ ਨੇ, ਹੌਲੀ ਹੌਲੀ ਘਰ ਆਪਣੇ ਆਉਣਾ ਜਾਣਾ ਬਣਾ ਲੈਂਦੇ ਆ, ਉਸੇ ਨਾਮ ਅਭਿਆਸੀ ਨੂੰ ਉੱਥੇ ਦੇ ਜੋ ਖਜ਼ਾਨਾ ਹੈ ਉਹਦਾ ਭੇਦ ਮਿਲਦਾ।
ते हकदार भी उही हुंदे ने ते ओ खजाना कोई लुट नहीं सकदा। ए लोक ते परलोक दे विच दोहां जगह ते काम आउंदा। जिहड़ा जीव त्रैगुण माया दे विच सारी जिंदगी भुलिया रहा उस गुरमुख नूं ना नाम दा भेद आउंदा ना ही वह जमा तो छुटदा। उस बच्चे नूं नाम दी दात नहीं मिलनी। जिहड़े नाम अभ्यासी जिहड़े वैरागी जीव इस तरीके सिमरन करके सुन दे विच जाणगे उन्हां नूं ही नाम दी दात मिलनी है। इस करके असीं वार वार सिमरन करके असीं सुन दे विच बैठण दा प्रैक्टिकल रोज़ करना हुंदा है। ते गुरबाणी दसदी है कि तुसीं उस दर ते बैठो ते एक ना एक दिन वह दर जरूर खुलेगा। तुसीं जाके बैठो तो सही ते वह दर अकाल पुरख वाहिगुरु जी खोल के सानू अंदर जरूर बुलाउणगे। हुण जो नाम अभ्यासी जदों कोई नाम जपदा आ फिर उहनूं गुरबाणी समझ आउंदी आ ते फिर जो उहदा उहनूं प्रैक्टिकल हुंदे ने उह गुरबाणी दे मुताबक हुंदे ने। जां असीं अपने प्रैक्टिकल गुरबाणी दे मुताबक मिला मिला के वेखणे ने। जे गुरबाणी दे नाल मैच कर गए तो साडा रस्ता ठीक है। हुण जद तक उह दर नहीं खुलदा असीं दर दे उत्ते बैठ के उह पुकारां करी जाणियां ने उह बेनतियां जोधणियां करी जाणियां ने कि वाहिगुरू दर खोल के सानू भी अंदर बुला लो सानू भी अपने दर्शन दे दो सानू भी अपना नाम सुना दो सानू भी अमृत रस दे दो। हुण साडे हथ तां सिर्फ इन्नी ही कोशिश है। दर असीं आप खोल नहीं सकते। कोई धक्का कोई जोर कोई बदमाशी नहीं चल सकती। प्यार दा खेड है सहज दा खेड है रोज़ खेडना पैना। बस विचारां रहित कर करके इहनूं सुन दे विच वार वार लैके जाना। ये कोशिश करेगा कि वार वार बाहर नूं जाण दी ते असीं कोशिश करनी हुंदी है वार वार इहनूं अंदर सुन दे विच बिठाउण दी।